ਵੀਰੋ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪਾਂ ਆਪਣੀ ਪਿਛਲੀ ਵੀਡੀਓ ਦੇ ਵਿੱਚ PP5 ਜੈਲ ਬਾਰੇ ਜਾਣਕਾਰੀ ਸ਼ੇਅਰ ਕੀਤੀ ਸੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਆਂ ਜੀ ਡਾਈਜਾਮੈਕਸ ਪਾਊਡਰ ਬਾਰੇ ਜਿਵੇਂ ਕਿ ਆਪਾਂ ਕਈ ਵਾਰ ਵੇਖਿਆ ਹੈ ਕਿ ਆਪਾਂ ਪਸ਼ੂ ਨੂੰ ਚਾਰਾ ਪਾਉਨੇ ਹਾਂ ਪਰ ਉਹ ਪਸ਼ੂ ਹজম ਨਹੀਂ ਕਰ ਪਾਉਂਦਾ ਜਿਸ ਕਾਰਨ ਉਸ ਦੇ ਪੇਟ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਅਤੇ ਉਹ ਹੈ ਪੱਠੇ ਖਾਣ ਤੋਂ ਹਟ ਜਾਂਦਾ ਹੈ ਤੇ ਆਪਾਂ ਨੂੰ ਲੱਗਦਾ ਹੈ ਪਤਾ ਨਹੀਂ ਪਸ਼ੂ ਨੂੰ ਕੀ ਹੋ ਗਿਆ ਉਸ ਦਾ ਮੇਨ ਕਾਰਨ ਉਸ ਦਾ ਪਾਚਨ ਤੰਤਰ ਦਾ ਸਹੀ ਕੰਮ ਕਰਨਾ ਨਾ ਹੁੰਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਡਾਈਜਾਮੈਕਸ ਪਾਊਡਰ ਬਾਰੇ ਡਾਈਜਾਮੈਕਸ ਪਾਊਡਰ ਪਸ਼ੂ ਨੂੰ ਸਭ ਤੋਂ ਜ਼ਿਆਦਾ ਹੈਲਪਫੁਲ ਡਾਈਜੈਸ਼ਨ ਦੇ ਵਿੱਚ ਕਰਦਾ ਹੈ ਜੇ ਆਪਾਂ ਡਾਈਜਾਮਿਕਸ ਪਾਊਡਰ ਉਸ ਟਾਈਮ ਯੂਜ਼ ਕਰੀਏ ਤਾਂ ਪਸ਼ੂ ਨੂੰ ਛੇਤੀ ਹੀ ਚਾਰਾ ਡਾਈਜੈਸ਼ਨ ਹੋਣ ਲੱਗ ਪੈਂਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਡਾਈਜੈਸ਼ਨ ਦੇ ਨਾਲ ਨਾਲ ਇਸ ਦੇ ਹੋਰ ਕੀ ਕੀ ਫਾਇਦੇ ਹੁੰਦੇ ਹਨ ਜਿਵੇਂ ਕਿ ਚਾਰਾ ਡਾਈਜੈਸ਼ਨ ਨਾ ਹੋਣ ਕਾਰਨ ਅੰਤਾਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਇਹ ਅੰਤਾਂ ਦੀ ਸੋਜਿਸ਼ ਨੂੰ ਵੀ ਠੀਕ ਕਰਦਾ ਹੈ ਪਸ਼ੂ ਨੂੰ ਮੋਕ ਲੱਗ ਜਾਂਦੀ ਹੈ ਮੋਕ ਦੇ ਵਿੱਚ ਵੀ ਇਹ ਯੂਸਫੁਲ ਹੈ ਅਤੇ ਮੈਸਟਾਈਟਿਸ ਦੇ ਵਿੱਚ ਵੀ ਇਹ ਯੂਸਫੁਲ ਹੈ ਅਤੇ ਲੋ ਨਿਊਟ੍ਰੀਸ਼ਨ ਯੂਟਿਲਾਈਜੇਸ਼ਨ ਦੇ ਵਿੱਚ ਵੀ ਇਹ ਹੈਲਪਫੁਲ ਹੈ ਉਹਨੇ ਆਪਾਂ ਗੱਲ ਕਰਦੇ ਹਾਂ ਇਸ ਦੀ ਡੋਜ਼ ਬਾਰੇ ਇਸ ਨੂੰ ਆਪਾਂ ਵੱਡੇ ਐਨੀਮਲ ਨੂੰ 10 ਤੋਂ 15 ਗ੍ਰਾਮ ਇੱਕ ਦਿਨ ਦਾ ਦੇਣਾ ਹੈ ਛੋਟੇ ਐਨੀਮਲ ਨੂੰ ਆਪਾਂ 2 ਤੋਂ 5 ਗ੍ਰਾਮ ਇੱਕ ਦਿਨ ਦਾ ਦੇ ਸਕਦੇ ਹਾਂ ਅਤੇ ਸਭ ਤੋਂ ਵਧੀਆ ਤਰੀਕਾ ਇਸ ਨੂੰ ਦੇਣ ਦਾ ਹੈ 400 ਗ੍ਰਾਮ ਇੱਕ ਟਨ ਫੀਡ ਦੇ ਵਿੱਚ ਮਿਕਸ ਕਰਕੇ ਇਹ ਐਨੀਮੈਕਸ ਕੰਪਨੀ ਦਾ ਆਉਂਦਾ ਹੈ ਜਿਸ ਦੇ ਕੀ ਬਹੁਤ ਬੰਪਰ ਰਿਜ਼ਲਟ ਨੇ ਸਾਡੀਆਂ ਆਉਣ ਵਾਲੀਆਂ ਵੀਡੀਓ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਗਰੀਕਲਚਰ ਐਂਡ ਡੇਰੀ ਫਾਰਮਿੰਗ ਅਵੇਅਰਨੈਸ ਚੈਨਲ